ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ। ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਖਬਰ ਮੋਗਾ ਤੋਂ ਸਾਹਮਣੇ ਆਈ ਹੈ, ਖਬਰ ਹੈਰਾਨ ਕਰਨ ਵਾਲੀ ਹੈ, ਖਬਰ ਪਰੇਸ਼ਾਨ ਕਰਨ ਵਾਲੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਔਰ ਇਹ ਪਹਿਲੀ ਵਾਰ ਦੇਖਿਆ ਹੋਏਗਾ ਕਿ ਇਸ ਤਰੀਕੇ ਦੇ ਨਾਲ ਵੀ ਘਟਨਾ ਵਾਪਰ ਸਕਦੀ ਹੈ। ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬੀਤੀ ਰਾਤ ਦੀ ਖਬਰ ਹੈ, ਖਬਰ ਮੋਗਾ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ ਟਰੈਕਟਰ ਨੇ ਆਪਣੇ ਹੀ ਘਰ ਦੇ ਜੀ ਦੀ ਜਾਨ ਲੈ ਲਈ ਹੈ। ਕਿਸ ਤਰੀਕੇ ਦੇ ਨਾਲ ਜਾਨ ਲਈ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਰਾਤੀ ਸੁੱਤੇ ਪਏ ਪਰਿਵਾਰਿਕ ਜੀਆਂ ਦੇ ਉੱਤੇ ਘਰ ਦਾ ਟਰੈਕਟਰ ਸਟਾਰਟ ਹੋ ਕੇ ਚੜ੍ਹ ਜਾਂਦਾ ਹੈ ਔਰ ਇਹ ਪਹਿਲੀ ਵਾਰ ਅਜਿਹਾ ਸੁਣਨ ਨੂੰ ਦੇਖਣ ਨੂੰ ਮਿਲਿਆ ਹੈ। ਟਰੈਕਟਰ ਰਾਤ ਕਰੀਬ 1:30 ਵਜੇ ਸਟਾਰਟ ਹੁੰਦਾ ਹੈ ਔਰ ਸਾਹਮਣੇ ਪਏ ਸੁੱਤੇ ਪਏ ਪਰਿਵਾਰ ਦੇ ਉੱਪਰ ਚੜ੍ਹ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਜਾਣੇ ਦੀ ਮੌਤ ਹੋ ਜਾਂਦੀ ਹੈ ਔਰ ਤਸਵੀਰਾਂ ਹੈ ਤੁਹਾਡੇ ਨਾਲ ਸਕਰੀਨ 'ਤੇ ਸਾਂਝੀਆਂ ਕਰ ਦਿੰਦੇ ਹਾਂ। ਇਹ ਉਹੀ ਟਰੈਕਟਰ ਹੈ ਜਿਸ ਨੇ ਬੀਤੀ ਰਾਤ 1:30 ਵਜੇ ਮਨਜੀਤ ਕੌਰ ਦੀ ਜਾਨ ਲਈ ਹੈ। ਟਰੈਕਟਰ ਖੁਦ ਸਟਾਰਟ ਹੁੰਦਾ ਹੈ ਔਰ ਖੁਦ ਤੁਰ ਪੈਂਦਾ ਹੈ ਔਰ ਸਾਹਮਣੇ ਮੰਜੇ 'ਤੇ ਸੁੱਤੇ ਪਏ ਪਰਿਵਾਰ ਦੇ ਉੱਪਰ ਚੜ੍ਹ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਤੁਸੀਂ ਇਹ ਖਬਰ ਸੁਣ ਕੇ ਹੈਰਾਨ ਜ਼ਰੂਰ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਰਾਤ ਨੂੰ ਖੁਦ ਸਟਾਰਟ ਹੁੰਦਾ ਹੈ ਔਰ ਖੁਦ ਤੁਰ ਪੈਂਦਾ ਹੈ ਔਰ ਸਾਹਮਣੇ ਸੁੱਤੇ ਪਏ ਮੰਜੇ ਦੇ ਪਰਿਵਾਰ ਦੇ ਉੱਪਰ ਚੜ੍ਹ ਜਾਂਦਾ ਹੈ ਔਰ ਇਹ ਕਿਸ ਤਰੀਕੇ ਨਾਲ ਪੂਰਾ ਘਟਨਾਕ੍ਰਮ ਵਾਪਰਿਆ, ਇਹ ਤਮਾਮ ਜਾਂਚ ਦਾ ਵਿਸ਼ਾ ਹੈ, ਫਿਲਹਾਲ ਬਣਿਆ ਹੋਇਆ ਹੈ। ਦੱਸ ਦਈਏ ਕਿ ਖਬਰ ਸੁਣ ਕੇ ਖਬਰ ਵੇਖ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਓਗੇ ਕਿਸ ਤਰੀਕੇ ਨਾਲ ਟਰੈਕਟਰ ਸਟਾਰਟ ਹੁੰਦਾ ਹੈ। ਰਾਤ 1:30 ਵਜੇ ਦੀ ਖਬਰ ਹੈ ਜੋ ਨਿਕਲ ਕੇ ਸਾਹਮਣੇ ਆਈ ਹੈ ਔਰ ਟਰੈਕਟਰ ਖੁਦ ਸਟਾਰਟ ਹੋ ਕੇ ਤੁਰ ਪੈਂਦਾ ਹੈ ਔਰ ਸਾਹਮਣੇ ਖੜ੍ਹੇ ਸੁੱਤੇ ਪਏ ਪਰਿਵਾਰ ਦੇ ਉੱਪਰ ਚੜ੍ਹ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ। ਸਕਰੀਨ 'ਤੇ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਟਰੈਕਟਰ ਉਹੀ ਹੈ ਜੋ ਬੀਤੀ ਰਾਤ ਮਨਜੀਤ ਕੌਰ ਦੀ ਜਿਸਨੇ ਜਾਨ ਲਈ ਹੈ। ਰਾਤੀ ਸੁੱਤੇ ਪਏ ਪਰਿਵਾਰ ਦੇ ਉੱਪਰ ਚੜ੍ਹ ਜਾਂਦਾ ਹੈ ਔਰ ਇੱਕ ਪਰਿਵਾਰ ਦੀ ਜੀ ਨੂੰ ਦਰੜ ਦਿੰਦਾ ਹੈ। ਮੋਗਾ ਦੇ ਪਿੰਡ ਲੋਹਾਰਾ ਵਿਖੇ ਇੱਕ ਬਹੁਤ ਹੀ ਹੈਰਾਨ ਕਰਨ ਅਤੇ ਦੁੱਖਦਾਈ ਘਟਨਾ ਵਾਪਰੀ ਹੈ ਜਿੱਥੇ ਇੱਕ ਵਿਹੜੇ ਦੇ ਵਿੱਚ ਸੁੱਤੇ ਪਏ ਇੱਕ ਪਰਿਵਾਰ 'ਤੇ ਟਰੈਕਟਰ ਚੜ੍ਹ ਗਿਆ, ਜਿਸ ਕਾਰਨ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ। ਘਟਨਾ ਅੱਧੀ ਰਾਤ ਨੂੰ ਵਾਪਰੀ ਹੈ ਜਦੋਂ ਪਰਿਵਾਰ ਸੁੱਤਾ ਪਿਆ ਸੀ। ਜਾਣਕਾਰੀ ਦੇ ਅਨੁਸਾਰ ਘਰ ਦੇ ਵਿੱਚ ਇੱਕ ਟਰੈਕਟਰ ਖੜ੍ਹਾ ਹੋਇਆ ਸੀ ਜੋ ਅੱਧੀ ਰਾਤ ਨੂੰ ਖੁਦ ਹੀ ਅਚਾਨਕ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ਨੂੰ ਦਰੜ ਦਿੱਤਾ। ਨਤੀਜੇ ਦੇ ਵਜੋਂ ਮਨਜੀਤ ਕੌਰ ਨਾਮ ਦੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ ਉਸਦੀ ਬੇਟੀ ਅਤੇ ਪਤੀ ਦਾ ਬਚਾਅ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਰੀਬ ਮਜ਼ਦੂਰ ਪਰਿਵਾਰ ਹੈ ਜੋ ਇੱਟਾਂ ਵਾਲੇ ਭੱਠੇ 'ਤੇ ਕੰਮ ਕਰਦਾ ਹੈ। ਬੀਤੀ ਰਾਤ ਵੀ ਜਦੋਂ ਮਨਜੀਤ ਕੌਰ ਦਾ ਘਰ ਵਾਲਾ ਭੱਠੇ 'ਤੇ ਕੰਮ ਕਰਕੇ ਵਾਪਸ ਘਰ ਆਇਆ ਤਾਂ ਸਾਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਵਿਹੜੇ ਦੇ ਵਿੱਚ ਸੋ ਗਿਆ। ਦੱਸ ਦਈਏ ਕਿ ਟਰੈਕਟਰ ਰੋਜ਼ਾਨਾ ਦੀ ਤਰ੍ਹਾਂ ਸਾਹਮਣੇ ਹੀ ਖੜ੍ਹਾ ਸੀ ਕਿ ਇਹ ਘਟਨਾ ਵਾਪਰ ਗਈ ਹੈ। ਘਟਨਾ ਦੇ ਵਿੱਚ ਮਨਜੀਤ ਕੌਰ ਦੀ ਕੁੜੀ ਵੀ ਜ਼ਖਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਗਰਮੀ ਕਾਰਨ ਹੋ ਸਕਦਾ ਹੈ ਕਿ ਟਰੈਕਟਰ ਦੀਆਂ ਤਾਰਾਂ ਦੇ ਵਿੱਚ ਖਰਾਬੀ ਆ ਗਈ ਹੋਵੇ, ਜਿਸ ਕਾਰਨ ਇਹ ਦੁੱਖਦਾਈ ਘਟਨਾ ਵਾਪਰੀ ਹੈ। ਪਰਿਵਾਰਿਕ ਜੀ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਉਹ ਮੇਰੀ ਧਰਮ ਪਤਨੀ ਹੈ, ਇਹ ਹੀ ਟਰੈਕਟਰ ਆਪਣਾ ਲੱਗਿਆ ਹੋਇਆ ਸੀ ਵਿਹੜੇ ਦੇ ਵਿੱਚ ਅਤੇ 3 ਮੰਜੇ ਡਾਏ ਹੋਏ ਸੀ ਅੱਗੇ, ਮੇਰਾ ਲੜਕਾ, ਮੇਰੀ ਲੜਕੀ ਅਤੇ ਮੇਰੀ ਵਾਈਫ, ਅਤੇ ਅਚਾਨਕ ਰਾਤ ਨੂੰ 1:30 ਵਜੇ ਟਰੈਕਟਰ ਸਟਾਰਟ ਹੋ ਗਿਆ। ਸਟਾਰਟ ਹੋ ਕੇ
ਮੰਜੇ ਉੱਤੇ ਚੜ੍ਹ ਕੇ ਕੰਧ ਦੇ ਨਾਲ ਲੱਗ ਗਏ ਜੀ, ਕੰਧ ਦੇ ਉੱਪਰ ਬੰਦ ਹੋ ਗਏ ਜੀ। ਅਤੇ ਮੇਰੀ ਬੇਟੀ ਦੇ ਥੋੜ੍ਹੀ ਮਾਮੂਲੀ ਚੋਟ ਆ ਜੀ, ਅਤੇ ਪਤਨੀ ਤਾਂ ਬਿਲਕੁਲ ਜੀ ਨਹੀਂ ਜੀ। ਅਚਾਨਕ ਹੀ ਹੋਏ, ਅਤਾ ਜਦੋਂ ਰੌਲਾ ਪਾਇਆ ਜਵਾਕਾਂ ਨੇ ਉਹਦੇ ਨਾਲ ਹੀ ਉੱਠ ਖੜ੍ਹੇ। ਇਹੀ ਕਿ ਮੇਰੀ ਪਤਨੀ ਟਰੈਕਟਰ ਦੇ ਟਾਇਰ ਥੱਲੇ ਸੀ ਅਤੇ ਬੇਟੀ ਥੋੜ੍ਹੀ ਜਿਹੀ ਅੱਗੇ ਸੀਗੀ, ਮੇਰਾ ਬੇਟਾ ਭੱਜ ਗਿਆ ਸੀਗਾ ਜੀ ਉੱਠ ਕੇ। ਨਹੀਂ ਹਾਂਜੀ ਸਰ, 1:30 ਦਾ ਟਾਈਮ ਸੀਗਾ ਜਦੋਂ ਸਾਡਾ ਘਰ 1.5 ਕਿਲਾ ਦੂਰ ਆ ਇਹਨਾਂ ਦੇ ਘਰ ਤੋਂ, ਅਤੇ ਜਦੋਂ ਉਹਨਾਂ ਦਾ ਚੀਕ ਚਿਹਾੜਾ ਬੱਚਿਆਂ ਦਾ ਪਿਆ ਅਤੇ ਅਸੀਂ ਭੱਜ ਕੇ ਉੱਥੇ ਗਏ ਅਤੇ ਜੋ ਟਰੈਕਟਰ ਵਿੱਚ ਖੜਿਆ ਪਿਆ ਸੀ ਕੁੜੀ ਜਿਹੜੀ ਮੌਤ ਹੋਈ ਸੀ, ਪਹਿਲਾ ਟਾਇਰ ਜਦੋਂ ਪਹਿਲਾ ਟਾਇਰ 'ਤੇ ਉਹਨਾਂ ਨੇ ਕੰਧ ਜਾ ਕੇ ਜਿਹੜਾ ਸੀ ਟਰੈਕਟਰ ਰੁਕ ਗਿਆ ਅਤੇ 3 ਮੰਜੇ ਸੀਗੇ, ਬੱਚੇ 3 ਪਏ ਸੀਗੇ, ਕੁੜੀ ਦੇ ਥੋੜ੍ਹੇ ਸੱਪ ਪੈਰ 'ਤੇ ਸੱਟ ਵੱਜੀ ਆ ਅਤੇ ਬੱਚਾ ਜਿਹੜਾ ਸੀਗਾ ਪੱਖੇ ਦਾ ਪੱਖਾ ਵੀ ਸੀ ਟੁੱਟਿਆ ਅਤੇ ਬੱਚਾ ਮਗਰ ਧੱਕਾ ਗਿਆ ਕਮਰੇ 'ਚ, ਉਹ ਤਾਂ ਵੱਧ ਹੋ ਗਈ ਅਤੇ ਸਰ ਛਾਂਟ ਹੋਇਆ ਟਰੈਕਟਰ, ਬੈਟਰੀ ਛਾਂਟ ਹੋ ਗਈ, ਆਪੇ ਸਟਾਰਟ ਹੋ ਗਿਆ, ਇਹ ਨਹੀਂ ਪਰ ਮਾਲਕ ਦੀ ਬਸ ਸੈਲਫ ਸਟਾਰਟ ਹੋ ਗਈ, ਗੇਅਰ 'ਚ ਖੜ੍ਹਾ ਸੀ। ਇਹ 1:30 ਦਾ ਜੀ, ਹਾਂ 1:30 ਵਜੇ। ਕਿਹੜਾ ਮਤਲਬ ਜੀ? 94 ਕੀ ਸਰ ਪੁਰਾਣਾ ਜੀ, ਉਸ ਤੋਂ ਬਾਅਦ ਨਹੀਂ ਜੀ ਸਰ, ਕੁੜੀ ਦਾ ਰਗੜਾ ਵਧੀਆ, ਉਸ ਤੋਂ ਬਾਅਦ ਅਸੀਂ ਹਸਪਤਾਲ ਲਏ ਕੁੜੀ, ਉਦੋਂ ਬੋਲਦੀ ਥੋੜ੍ਹਾ ਥੋੜ੍ਹਾ, ਟਰੈਕਟ ਜਿਹੜਾ ਪਿਛਲਾ ਟਾਇਰ ਸੀ ਉਹਦੇ ਢਿੱਡ 'ਚ ਚੜ ਗਿਆ ਫਿਰ ਉਸਦਾ, ਅਤੇ ਫਿਰ ਉਹ ਵੀਜਾ ਅਸੀਂ ਹਸਪਤਾਲ ਲੈ ਕੇ, ਪਰ ਹਸਪਤਾਲ ਉਹਦੇ ਡਾਕਟਰ ਨੇ ਹੱਥ ਫੇਰਤਾ ਜੀ।